ਭਾਜੀ ਮੈਂ ਸੁਣਿਆ ਡਰ ਵੀ ਲੱਗ ਰਿਹਾ ਆਪਣੇ ਇੱਥੇ 13 ਦਾ ਬਰਗਰ ਮਿਲਦਾ ਹੀ ਜੇ ਮੈਂ ਸੋਚਿਆ ਚਲ 1 ਤਰੀਕ ਨੂੰ ਲਾਉਂਗੇ ਤਾਂ 1 ਰੁਪਏ ਦਾ ਬਰਗਰ ਦੁੱਧ ਪਨੀਰ ਸਭ 13 ਦਾ ਹੋ ਜਾਊਗਾ ਕੋਟੋ ਪੈਸੇ ਕੱਢੋ ਕੱਢੋ ਭਾਜੀ ਸਾਨੂੰ 20 ਬਰਗਰ ਪੈਕ ਕਰ ਦਿਓ ਇਹ ਵੀਰੇ ਅੱਜ ਨਹੀਂ ਆ नमस्कार दोस्तों, मेरा नाम रविंदर सिंह, आपका बहुत बहुत स्वागत है लाइफ ओवर इन द ट्यूब चैनल में। आज की वीडियो बाकी काफ़ी ज़्यादा इंटरेस्टिंग होने वाली है। आज हम इस टाइम पे आए हैं मिस्टर सिंह फास्ट फूड। यहाँ पे बात ऐसी है, हमें पता चला है कि बर्गर 13 रुपये का मिल रहा है, तो भाई हम आपको पता है जहाँ पे सस्ती चीज़ मिलती है भाग निकलते हैं। तो बाकी एक बार कंफर्म करते हैं, हमारे फ्रेंड्स ने बताया कि यहाँ पे 13 रुपये का बर्गर मिलने वाला है। कब मिलेगा, कहाँ मिलेगा, कैसे मिलेगा देखते हैं। क्रेडिट कार्ड पर भी देते हैं, डिस्काउंट देते हैं, फ्री में देते हैं। और भाजी की हाल चाल? बढ़िया भाजी। आज और कितना सब भाजी? सब बढ़िया, ਤੁਸੀਂ ਦੱਸੋ ਭਾਜੀ। तो फाइनली गाइस ਸਾਡੇ ਨਾਲ ਭਾਜੀ ਨੇ, ਤੇ ਹੋਰ ਭਾਈ ਕੀ ਹਾਲ ਚਾਲ? ਵਧੀਆ ਭਾਜੀ। ਆਪਣਾ ਨਾਮ ਦੱਸ ਦਿਓ ਇੱਕ ਵਾਰ ਆਡੀਅנס ਨੂੰ। ਨਾਮ ਸਾਜਨ ਮੇਰਾ। ਤੇ ਆਪਣੀ ਸ਼ਾਪ ਦਾ ਐਡਰੈਸ ਸਮਝਾ ਦਿਓ ਇੱਕ ਵਾਰ ਸਾਡੀ ਆਡੀਅנס ਨੂੰ। ਕਲਾਜ ਨਗਰ ਰੋਡ ਆ ਜੀ, ਕਾਕੂਵਾਲੀ ਪੈ ਜਾਂਦਾ ਵਾ 25 ਫੁੱਟ ਦੀ ਗਲੀ, ਗੋਗਦਿਨ ਕਲੋਨੀ ਗਲੀ ਨੰਬਰ 6, ਨੀਅਰ ਕੁੱਕਾ ਮੈਡੀਕਲ ਲਾ ਲਓ। ਕੁੱਕਾ ਮੈਡੀਕਲ, ਠੀਕ ਹੈ। ਤੇ ਭਾਜੀ ਮੈਂ ਸੁਣਿਆ ਡਰ ਵੀ ਲੱਗ ਰਿਹਾ ਆਪਣੇ ਇੱਥੇ 13 ਦਾ ਬਰਗਰ ਮਿਲਦਾ ਹੀ? ਹਾਂਜੀ ਹਾਂਜੀ ਭਾਜੀ। ਕੀ ਬਾਤ ਹੈ, ਕੱਢੋ ਕੱਢੋ ਪੈਸੇ ਕੱਢੋ ਕੱਢੋ ਭਾਈ, ਸਾਨੂੰ 20 ਬਰਗਰ ਪੈਕ ਕਰ ਦਿਓ ਇਹ। ਵੀਰੇ ਅੱਜ ਨਹੀਂ, ਅੱਜ ਦਾ 12 ਤਰੀਕ ਆ, ਕੱਲ ਨੂੰ ਜੋ 13 ਤਰੀਕ ਨੂੰ। ਅੱਜ ਨਹੀਂ ਆਈ? ਨਹੀਂ ਅੱਜ ਨਹੀਂ ਭਾਈ, 13 ਨੂੰ। ਅੱਛਾ ਹੈਗਾ ਉਹਦਾ, ਹੈਗਾ 13 ਦਾ ਬਰਗਰ ਹੈਗਾ। 13 ਤਰੀਕ ਨੂੰ 13 ਰੁਪਏ ਦਾ। 13 ਅੱਜ ਕਿੰਨੀ ਤਰੀਕ ਆ ਬਈ? 12। ਅੱਜ ਹੋਗੀ 12 ਤਰੀਕ, ਕੱਲ ਨੂੰ ਹੈਗੀ 13 ਤਰੀਕ। ਕੱਲ ਨੂੰ ਆਪਾਂ ਨੂੰ 13 ਦਾ ਬਰਗਰ ਮਿਲੂਗਾ। ਤੇ ਇਹਦੀ ਕੋਈ ਕੰਡੀਸ਼ਨ ਵੀ ਹੈ, ਮਤਲਬ ਇੱਕ ਬਰਗਰ ਲਓ 10 ਲੈਣੇ ਪੈਣੇ ਆ 20 ਲੈਣੇ ਪੈਣੇ? ਨਹੀਂ ਨਹੀਂ, ਜਿੰਨੇ ਮਰਜ਼ੀ ਤੁਹਾਡੀ ਇੱਛਾ ਜੀ। ਮੈਂ ਇੱਕ ਬਰਗਰ ਲੈ ਲਵਾਂ? ਮੈਂ ਇੱਕ ਲੋ ਭਾਵੇਂ 10 ਲੋ ਭਾਵੇਂ 5 ਲੋ, ਤੁਹਾਡੀ ਇੱਛਾ। ਕੀ ਬਾਤ ਹੈ। ਤੇ ਮਤਲਬ ਸੱਚ ਹੋ ਗਿਆ, ਅਸੀਂ ਸੋਚਿਆ ਵੀ ਮਜ਼ਾਕ ਕੀਤਾ ਇਹਨਾਂ ਨੇ। ਤੇ ਕੱਲ ਭਾਈ ਦੀ ਸ਼ਾਪ ਤੇ ਐਡਰੈਸ ਹੁਣ ਨੀਚੇ ਆ ਚੁੱਕਿਆ ਵਾ। 13 ਤਰੀਕ ਹਰ ਮਹੀਨੇ? ਹਾਂਜੀ ਹਰ ਮਹੀਨੇ, ਹਰ ਮਹੀਨੇ ਦੀ 13 ਤਰੀਕ ਨੂੰ 13 ਰੁਪਏ ਦਾ ਬਰਗਰ ਮਿਲੇਗਾ। ਇਹਦਾ ਮਤਲਬ ਚੱਕਰ ਕੀ, ਮਤਲਬ 13 ਦਾ ਬਰਗਰ? ਬਸ ਇਦਾਂ ਹੀ ਮਨ 'ਚ ਆਇਆ ਸੀ ਕਿ ਵੀ 13 ਤਰੀਕ ਨੂੰ 13 ਰੁਪਏ ਦਾ ਲਾ ਦੋ, ਕਹਿੰਦੇ ਨਾ ਬਾਬੇ ਨਾਨਕ ਦੀਆਂ 13 ਨੂੰ 13 ਹੀ ਕਰਦੀਆਂ, ਕੀਤਾ ਸੀ ਉਹਨਾਂ ਨੇ। ਜੀ ਜੀ, ਤਾਂ ਕਰਕੇ ਬਸ ਇਹ ਤਾਂ ਬਹੁਤ ਵਧੀਆ ਗੱਲ ਆ। ਮਤਲਬ ਐ ਵੀ ਹੋ ਸਕਦਾ ਜੇ ਮੈਂ ਸੋਚਿਆ ਚਲ 1 ਤਰੀਕ ਨੂੰ ਲਾਉਂਗੇ ਤਾਂ 1 ਰੁਪਏ ਦਾ ਬਰਗਰ? ਨਹੀਂ 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 ਵੀਰੇ, ਨਹੀਂ ਫਿਰ ਤੇ ਮਹੀਨੇ ਦੀ 13 ਤਰੀਕ ਨੂੰ 13 ਰੁਪਏ ਦਾ। ਅੱਛਾ, ਜਿੰਨੀ ਦੇਰ ਆਪਾਂ ਬੈਠੇ ਕੰਮ ਕਰਦੇ ਰਹੇ ਓਨੀ ਦੇਰ ਆਪਾਂ 13 ਰੁਪਏ ਦਾ ਹੀ ਵੇਚਾਂਗੇ। ਕੀ ਬਾਤ ਹੈ, ਨਹੀਂ ਬਹੁਤ ਵਧੀਆ ਗੱਲ ਆ ਭਾਈ ਨੇ, ਬਾਬਾ ਜੀ ਦੇ ਨਾਂ ਤੇ ਹਰ 13 ਤਰੀਕ ਨੂੰ 13 ਰੁਪਏ ਦਾ ਬਰਗਰ ਮਿਲੂਗਾ। ਤੇ ਇਹਦੇ ਨਾਲ ਹੋਰ ਹੋਰ ਕੀ ਕੀ ਬਣਾਉਣੇ ਆਪਾਂ? ਆਪਣੇ ਨੂਡਲ ਹੁੰਦੇ, ਮਨਚੂਰੀਅਨ ਹੁੰਦੇ ਆ, ਨਾਲ ਆਪਣਾ ਦੁੱਧ ਦਾ ਕੰਮ ਹੈਗਾ। सिर्फ बर्गर आ, 13 तरीक नूं 13 रुपए दा, बाकी होर समान दी इच्छा होई आपां ओह वी करांगे। काफी वधिया लगा, अज है कि 12 तरीक, शायद तुसीं वीडियो अपलोड कर दित्ती होगी 13 तरीक नूं, एड्रेस सानूं आ चुके आ। मैं बाबे नानक जी 13-13 सारे जने पहुंचियो जी, खा के जाइयो जी जी। टेस्ट लगा बढ़िया, कमेंट दस्यो जरूर कैसा लगा। से मेरा कहना नहीं मानते जी, इन्हें कह दो वीडियो लाइक लुइक कर दिया करो जी। लाइक कमेंट शेयर जरूर करियो जी, लाइफ और रविंदर सब्सक्राइब जरूर करियो जी। जी जी, थैंक यू भाई ने सानू अपनी वीडियो बनाने का मौका दिता, तो साढ़े लिए वधिया गल है। तो थोड़े लिए भी, थोड़े तक असं अपडेट लेके आए हैं, लाइक भी कर दियो, शेयर भी कर दियो, कमेंट करके दस्यो। तो लास्ट आप कर देने इदा करके जोरदार नहीं, बाय कहना। ब्रांड मुंडा सब बोले मुझे रैप गुंडा, हैरान परेशान सब खुद बना ब्रांड मुंडा, अलग पहचाने सब सोचे कौन बंदा, बहुत हार्ड नहीं छोटे, बहुत ज्यादा कैंड मुंडा।